ਨੌਜਵਾਨ ਨੇ, ਇੱਕ ਨੌਜਵਾਨ ਉਸ ਟਰਾਲੀ ਦੇ ਉੱਪਰ ਚੜਿਆ ਜਿੱਥੇ ਕਿ ਟੀਅਰ ਗੈਸ ਦਾ ਜਿਹੜਾ ਸ਼ੈੱਲ ਹੈ ਉਹ ਡਿੱਗਿਆ ਸੀ ਤਾਂ ਕਾਫੀ ਤਾਂ ਉਸ ਜਿਹੜੇ ਸ਼ੈੱਲ ਨੂੰ ਹੁਣ ਇੱਕ ਨੌਜਵਾਨ ਵੱਲੋਂ ਵਾਪਸ ਫੋਰਸ ਵਾਲੇ ਪਾਸੇ ਸੁੱਟਿਆ ਗਿਆ ਤਾਂ ਤਸਵੀਰਾਂ ਬੇਹੱਦ ਜਿਹੜੀਆਂ ਇਸ ਵੇਲੇ ਤਣਾਅ ਵਾਲੀਆਂ ਨੇ। ਤਾਂ ਸਾਡੀ ਕੋਸ਼ਿਸ਼ ਹੈ ਕਿ ਇੱਕ ਇੱਕ ਜਿਹੜੀ ਜਾਣਕਾਰੀ ਹੈ ਇਸ ਬਾਰਡਰ ਦੇ ਉੱਤੇ ਜਿਹੜਾ ਅੰਦੋਲਨ ਚੱਲ ਰਿਹਾ ਉਸਦੇ ਨਾਲ ਜੁੜੀ, ਤਾਂ ਇੱਕ ਵਾਰ ਚਰਨਜੀਤ ਕੌਸ਼ਲ, ਕਿਉਂਕਿ ਬਿਲਕੁਲ ਸਾਹਮਣੇ ਚਰਨਜੀਤ ਮੈਂ ਕਹਾਂਗਾ ਥੋੜ੍ਹਾ ਵਾਪਸ ਇੱਧਰ ਆਓ, ਕਿਉਂਕਿ ਬਿਲਕੁਲ ਸਾਹਮਣੇ ਤੋਂ ਜਿਹੜੇ ਗੋਲੇ ਨੇ ਉਹ ਦਾਗੇ ਜਾ ਰਹੇ ਨੇ, ਕਿਉਂਕਿ ਬੀਤੇ ਦਿਨ ਵੀ ਕੁਝ ਜਿਹੜੇ ਪੱਤਰਕਾਰ ਸਾਥੀ ਨੇ ਉਹ ਜ਼ਖਮੀ ਹੋਏ ਸੀ। ਹਾਲਾਂਕਿ DGP ਵੱਲੋਂ ਕੱਲ੍ਹ ਹੀ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਮੀਡੀਆ 1 ਕਿਲੋਮੀਟਰ ਦੀ ਦੂਰੀ ਜਿਹੜੀ ਆ ਬਣਾ ਕੇ ਰੱਖੇ। ਤਾਂ ਚਰਨਜੀਤ ਕੀ ਹਾਲਾਤ ਲੱਗ ਰਹੇ ਨੇ ਜਿਸ ਤਰੀਕੇ ਦੀ ਹੁਣ ਤਸਵੀਰ ਨਜ਼ਰ ਆ ਰਹੀ ਹੈ ਇਸਦੇ ਨਾਲ, ਤੇ ਤਣਾਅ ਹੋਰ ਵਾਧਾ ਨਜ਼ਰ ਆ ਰਿਹਾ? ਬਿਲਕੁਲ, ਹਾਲਾਤ ਲਗਾਤਾਰ ਖਰਾਬ ਹੋਏ ਹੋਏ ਨੇ। ਅਗਰ ਆਪਾਂ ਇੱਥੇ ਦੀ ਗੱਲ ਕਰੀਏ ਤਾਂ ਜਿਹੜੇ ਕਿਸਾਨ ਖੇਤਾਂ ਦੇ ਵਿੱਚੋਂ ਦੀ ਪੁਲਿਸ ਦੇ ਉੱਪਰ ਧੂੰਏ ਦਾ ਸਹਾਰਾ ਲੈ ਕੇ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਸੀ, ਤਾਂ ਉਸ ਤੋਂ ਬਾਅਦ ਕਿਤੇ ਹੁਣ ਜਾ ਕੇ ਪੁਲਿਸ ਜਿਹੜੀ ਹੈਗੀ ਆ ਉਹਨਾਂ ਦੇ ਉੱਪਰ ਲਗਾਤਾਰ ਭਾਰੀ ਪਈ ਆ। ਕਿਤੇ ਨਾ ਕਿਤੇ ਧੂੰਏ ਤੋਂ ਟੀਅਰ ਗੈਸ ਦੇ ਜਿਹੜੇ ਸ਼ੈੱਲ ਨੇ ਉਹ ਲਗਾਤਾਰ ਦਾਗੇ ਜਾ ਰਹੇ ਨੇ, ਔਰ ਅਸੀਂ ਵੀ ਇੱਥੋਂ ਪਿੱਛੇ ਜਾਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਹਰ ਕਿਸੇ ਦੀ ਜਾਨ ਬਹੁਤ ਜ਼ਰੂਰੀ ਹੈ, ਕਿਸੇ ਦਾ ਕੋਈ ਵੀ ਨੁਕਸਾਨ ਨਾ ਹੋਵੇ। ਪਰ ਜਿਸ ਤਰੀਕੇ ਦੇ ਨਾਲ ਨੌਜਵਾਨ ਅੱਗੇ ਵੱਧ ਰਹੇ ਸੀ, ਉਸ ਤੋਂ ਬਾਅਦ ਹੁਣ ਹਰਿਆਣਾ ਪੁਲਿਸ ਜੋ ਹੈ ਉਸ ਵੱਲੋਂ ਸਾਰੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਹੁਣ ਕੀ ਹਾਲਾਤ ਨੇ ਇਸ ਵੇਲੇ? ਤਾਂ ਬਿਲਕੁਲ, ਹਾਲਾਤ ਬੇਕਾਬੂ ਹੋਏ ਹੋਏ ਨੇ। ਗੱਲ ਇੱਥੇ ਦੀ ਕਰੀਏ ਤਾਂ ਜਿਹੜੇ ਕਿਸਾਨ ਖੇਤਾਂ ਦੇ ਵਿੱਚੋਂ ਦੀ ਧੂੰਏ ਦੇ ਨਾਲ ਪੁਲਿਸ ਦੇ ਉੱਪਰ ਹਮਲਾ ਕਰ ਰਹੇ ਸੀ, ਤਾਂ ਲਗਾਤਾਰ ਪੁਲਿਸ ਦੇ ਵੱਲੋਂ ਖੇਤਾਂ ਦੇ ਵਿੱਚ ਹੀ ਉਤਰ ਕੇ ਜਿਹੜਾ ਹੈਗਾ ਉਹਨਾਂ ਨੂੰ ਵਾਪਸ ਮੋੜਿਆ ਜਾ ਰਿਹਾ, ਉਹਨਾਂ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ। ਟੀਅਰ ਗੈਸ ਦੇ ਜਿਹੜੇ ਗੋਲੇ ਨੇ ਉਹ ਹੁਣ ਪੁਲਿਸ ਦੇ ਵੱਲੋਂ ਖੇਤਾਂ ਦੇ ਵਿੱਚ ਖੜੇ ਹੋਏ ਕਿਸਾਨਾਂ ਦੇ ਉੱਪਰ ਸਿੱਟੇ ਜਾ ਰਹੇ ਨੇ, ਜਿਸ ਤੋਂ ਬਾਅਦ ਜੋ ਕਿਸਾਨ ਪਰਾਲੀ ਦੀ ਅੱਗ ਦਾ ਸਹਾਰਾ ਲੈ ਕੇ ਧੂੰਆਂ ਕਰਕੇ ਪੁਲਿਸ ਦੇ ਉੱਪਰ ਕਿਤੇ ਨਾ ਕਿਤੇ ਧੂੰਏ ਦੇ ਨਾਲ ਉਹਨਾਂ ਦੀ ਜਿਹੜੀ ਵਿਜੀਬਿਲਿਟੀ ਆ ਉਹਨੂੰ ਰੋਕ ਰਹੇ ਸੀ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਇਹ ਹਰਿਆਣਾ ਪੁਲਿਸ ਦੇ ਵੱਲੋਂ ਜਿਹੜਾ ਹੈਗਾ ਉਹ ਵਾਪਸ ਖਦੇੜਿਆ ਜਾ ਰਿਹਾ ਜਿਹੜੇ ਖੇਤਾਂ ਦੇ ਵਿੱਚ। ਹੁਣ ਤੱਕ ਤਕਰੀਬਨ ਹਜ਼ਾਰਾਂ ਦੀ ਕਿਸਾਨਾਂ ਦਾ ਇਹ ਇਲਜ਼ਾਮ ਹੈ ਕਿ ਹਰਿਆਣਾ ਪੁਲਿਸ ਔਰ ਫੋਰਸ ਜਿਹੜੀ ਆ ਪੰਜਾਬ ਦੇ ਅੰਦਰ ਦਾਖਲ ਹੋ ਕੇ ਇਹਨਾਂ ਨੂੰ ਜੋ ਹੈ ਉਹ ਖਦੇੜਨ ਦੀ ਕੋਸ਼ਿਸ਼ ਕਰ ਰਹੀ ਹੈ। ਇੱਕ ਵਾਰ ਫਿਰ ਤੋਂ ਜਿਹੜੇ ਕਿਸਾਨ ਨੇ ਉਹ ਬਾਰਡਰ ਵਾਲੇ ਪਾਸੇ ਨੂੰ ਵਧਣ ਦੀ ਕੋਸ਼ਿਸ਼ ਦੇ ਵਿੱਚ ਨਜ਼ਰ ਆ ਰਹੇ ਨੇ। ਹਾਲਾਂਕਿ ਫੋਰਸ ਤਾਂ ਇੱਕ ਟੀਅਰ ਗੈਸ ਦਾ ਜਿਹੜਾ ਸ਼ੈੱਲ ਹੈ ਇੱਕ ਵਾਰ ਫਿਰ ਇੱਥੇ ਆ ਕੇ ਡਿੱਗਦਾ, ਤਾਂ ਐਂਬੂਲੈਂਸ ਦੇ ਬਿਲਕੁਲ ਪਿੱਛੇ ਇੱਕ ਸ਼ੈੱਲ ਡਿੱਗਿਆ। ਤਾਂ ਲਗਾਤਾਰ ਜਿਹੜੇ ਸ਼ੈੱਲ ਨੇ ਉਹ ਦਾਗੇ ਜਾ ਰਹੇ ਨੇ, ਔਰ ਤਸਵੀਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਜਿੱਥੇ ਬੈਰੀਕੇਡਿੰਗ ਕੀਤੀ ਗਈ ਸੀ ਉਸ ਤੋਂ ਕਾਫੀ ਅੱਗੇ ਹੁਣ ਇਸ ਵੇਲੇ ਫੋਰਸ ਜਿਹੜੀ ਆ ਉਹ ਆ ਚੁੱਕੀ ਹੈ। ਹਾਲਾਂਕਿ ਕਿਸਾਨਾਂ ਦਾ ਵੀ ਇਲਜ਼ਾਮ ਹੈ ਕਿ ਉਹਨਾਂ ਦੇ ਟਰੈਕਟਰ ਟਰਾਲੀਆਂ ਜਿਹੜੇ ਨੇ ਉਹ ਭੰਨੇ ਜਾ ਰਹੇ ਨੇ, ਔਰ ਦੂਜੇ ਪਾਸੇ ਖੇਤਾਂ ਦੇ ਵਿੱਚ ਆ ਕੇ ਜਿਹੜੀ ਫੋਰਸ ਹੈ ਉਹ ਇਹਨਾਂ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਖਦੇੜਨ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ। ਤਸਵੀਰਾਂ ਮੈਂ ਜ਼ੂਮ ਇਨ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ, ਆਪਣੇ ਕੈਮਰਾਮੈਨ ਹਨੀਸ਼ ਨੂੰ ਕਹਾਂਗਾ ਕਿ ਜੇਕਰ ਬਿਲਕੁਲ ਸਾਹਮਣੇ, ਹਾਲਾਂਕਿ ਉੱਥੇ ਬਹੁਤ ਇੱਕ ਗਹਿਰਾ ਧੂੰਏ ਦਾ ਗੁਬਾਰ ਨਜ਼ਰ ਆ ਰਿਹਾ, ਉਸਦੇ ਠੀਕ ਪਿੱਛੇ ਜਿਹੜਾ ਬਾਰਡਰ ਹੈ ਪੰਜਾਬ ਹਰਿਆਣੇ ਦਾ, ਔਰ ਉਸੇ ਹੀ ਥਾਂ 'ਤੇ ਪਿਛਲੇ ਕਈ ਦਿਨਾਂ ਤੋਂ ਬੈਰੀਕੇਡਿੰਗ ਕੀਤੀ ਗਈ ਸੀ ਜਿਸ ਦੀਆਂ ਲਗਾਤਾਰ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਸੀ। ਪਰ ਹੁਣ ਉਸ ਬੈਰੀਕੇਡਿੰਗ ਨੂੰ ਕ੍ਰੋਸ ਕਰਕੇ ਜਿਹੜੀ ਹਰਿਆਣਾ ਪੁਲਿਸ ਹੈ ਉਹ ਪੰਜਾਬ ਵਾਲੇ ਪਾਸੇ ਪਹੁੰਚੀ ਹੈ, ਔਰ ਹੁਣ ਇਹਨਾਂ ਸਾਰੇ ਕਿਸਾਨਾਂ ਨੂੰ ਇੱਥੋਂ ਖਦੇੜਨ ਦੇ ਲਈ ਲਗਾਤਾਰ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ। ਤਾਂ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਆਖਿਰਕਾਰ ਕਿਸ ਤਰੀਕੇ ਦੇ ਹਾਲਾਤ ਨੇ। ਹਾਲਾਂਕਿ ਹਾਲਾਤਾਂ ਨੂੰ ਜੇਕਰ ਮੈਂ ਗੰਭੀਰਤਾ ਦੇ ਨਾਲ ਇਸ ਦੀ ਜਾਣਕਾਰੀ ਸਾਂਝੀ ਕਰਾਂ ਤਾਂ ਕਾਫੀ ਤਣਾਅ ਵਾਲੇ ਇਸ ਵੇਲੇ ਹਾਲਾਤ ਬਣੇ ਹੋਏ ਨੇ, ਕਿਉਂਕਿ ਹਰਿਆਣਾ ਪੁਲਿਸ ਔਰ ਕਿਸਾਨ ਇਸ ਵੇਲੇ ਬਿਲਕੁਲ ਆਹਮੋ ਸਾਹਮਣੇ
ਨਜ਼ਰ ਆ ਰਹੇ ਨੇ, ਪਰ ਹੁਣ ਦੇਖਣਾ ਇਹ ਹੋਏਗਾ ਕਿ ਆਖਿਰਕਾਰ ਇਸ ਆਰ ਪਾਰ ਦੀ ਲੜਾਈ ਦੇ ਵਿੱਚ ਆਖਿਰਕਾਰ ਕਿਸਾਨਾਂ ਦੀ ਜਿੱਤ ਹੁੰਦੀ ਹੈ ਜਾਂ ਫਿਰ ਕੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਤਿਆਰ ਕੀਤੀ ਜਾਂਦੀ ਹੈ।